ਕੀ ਨਾਮ ਜੀ ਆਪਣਾ ਜਸਪਾਲ ਜੱਸਾ ਨਕੋਦਰ ਤੋਂ ਜੀ ਮੱਲਾ ਗਨਾਨਪੁਰਾ ਭਗਵਾਨ ਵਾਲਮੀਕਿ ਇਸਤਗਾਸ ਗਠਨ ਪੰਜਾਬ ਪ੍ਰਧਾਨ ਦੱਸ ਦਿਓ ਕੀ ਗੱਲ ਹੋਈ ਜਿਹੜੀ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ ਤੇ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਵੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਨਜਾਇਜ਼ ਕਲੋਨੀ ਆ ਸ਼ਹਿਰ ਦੇ ਵਿੱਚ ਜਿੱਦਾਂ ਕਾਫੀ ਹੈ ਜੀ ਜਿਹੜੀ ਇਹ ਕਲੋਨੀ ਦੀ ਮੈਂ ਕੰਪਲੇਂਟ ਕੀਤੀ ਆ ਇਹ ਜਿੱਦਾਂ ਪਾਲਮ ਬਿਹਾਰ ਦੀ ਬੈਕ ਸਾਈਡ ਆ ਇਹਦੇ ਵਿੱਚ ਨਾ ਇੰਟਰਲੋਕ ਆ 2.5 ਏਕੜ ਦੇ ਵਿੱਚ ਕੱਟੀ ਗਈ ਆ ਨਾ ਇਹਦੇ ਵਿੱਚ ਕੋਈ ਸਕੂਲ ਦੀ ਜਗ੍ਹਾ ਛੱਡੀ ਗਈ ਆ ਕਿਉਂਕਿ ਸਰਕਾਰ ਨੂੰ ਰੱਜ ਕੇ ਚੂਨਾ ਲਾਇਆ ਜਾ ਰਿਹਾ ਕਿਉਂਕਿ ਮੈਂ ਇਹ ਜੇ ਸਮਾਜਿਕ ਤੌਰ ਤੇ ਪਬਲਿਕ ਦੇ ਕੋਲ ਮੇਰਾ ਕੋਈ ਯਾਰ ਦੋਸਤ ਪਲਾਟ ਲੈਣ ਗਿਆ ਸੀ ਉੱਥੇ ਉਹਨਾਂ ਨੂੰ ਪਤਾ ਲੱਗਾ ਜਦੋਂ ਅਸੀਂ ਉੱਥੇ ਜਾ ਕੇ ਸਰਵੇ ਕੀਤਾ ਤੇ ਇਹਦੇ ਬਾਰੇ ਕਢਾ ਨਕਸ਼ਾ ਵਗੈਰਾ ਦਾ ਕੁਛ ਨਹੀਂਗਾ ਉਦਾਂ ਹੀ ਲੋਕਾਂ ਨੂੰ ਨਾਰਾ ਲਾ ਕੇ ਧੜਾ ਧੜੇ ਜਿਹੜੀਆਂ ਰਜਿਸਟਰੀਆਂ ਕਰਾਇਆ ਜਾ ਰਹੀਆਂ ਵੇਚਿਆ ਜਾ ਰਿਹਾ ਨੇ ਤੁਹਾਡੇ ਵੱਲੋਂ ਕਿਹਨਾਂ ਨਾਲ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਜਿਹਨਾਂ ਵੱਲੋਂ ਤੁਹਾਨੂੰ ਪਤਾ ਲੱਗਿਆ ਕਿ ਜਿਹੜੀ ਇਹ ਕਲੋਨੀ ਬਣ ਰਹੀ ਹੈ ਇਹ ਨਾ ਅਪਰੂਵਡ ਆ ਮੈਂ ਸਾਰੇ ਜਾ ਕੇ ਇਹਦੀ ਕੰਪਲੇਂਟ ਜਿਹੜੀ ਆ ਈਓ ਸਾਹਿਬ ਨੂੰ ਵੀ ਦਿੱਤੀ ਆ ਕਮੇਟੀ ਘਰ ਤੇ ਐਸਡੀਐਮ ਸਾਹਿਬ ਨੂੰ ਵੀ ਇਹਦੀ ਕੰਪਲੇਂਟ ਦਿੱਤੀ ਆ ਤੇ ਹੁਣ ਅਸੀਂ ਚਾਹੁੰਦੇ ਵੀ ਇਹ ਜਿਹੜੀਆਂ ਕਲੋਨੀਆਂ ਜਿਹੜੀਆਂ ਨਜਾਇਜ਼ ਘੱਟ ਹੋਈਆਂ ਉਹਨਾਂ ਦੇ ਵਿੱਚ ਬੋਰਡ ਸਰਕਾਰੀ ਬੋਰਡ ਲੱਗਣਾ ਚਾਹੀਦਾ ਕਿਉਂਕਿ ਜਿਹੜੇ ਆਮ ਲੋਕ ਜਿਹੜੇ ਭੋਲੀ ਭਾਲੀ ਜਨਤਾ ਨੂੰ ਠੱਗਿਆ ਜਾ ਰਿਹਾ ਉਹ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਕਿਉਂਕਿ ਜਿਹੜਾ ਬੰਦਾ ਪਲਾਟ ਲੈਣ ਜਾਂਦਾ ਉਹ ਕਮ ਸੇ ਕਮ ਵੋਟ ਪੜ ਕੇ ਜਿਹੜੀਆਂ ਸ਼ਰਤਾਂ ਲਿਖੀਆਂ ਜਾਣ ਉਹਦੇ ਆਧਾਰ ਤੇ ਕੰਮ ਕੀਤਾ ਜਾਵੇ ਜਿਹੜਾ ਨੂੰ ਤੁਸੀਂ ਮਿਲੇ ਅਫਸਰਾਂ ਨੂੰ ਉਹਨਾਂ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਉਹਨਾਂ ਵੱਲੋਂ ਸਰ ਕੰਪਲੇਂਟਾਂ ਦਿੱਤੀਆਂ ਆ ਬਸ ਉਹ ਦੇਣ ਤੋਂ ਬਾਅਦ ਕਹਿੰਦੇ ਸੀ ਕੋਈ ਮੈਂ ਇਹ ਮੰਗ ਕੀਤੀ ਉਹਨਾਂ ਨੇ ਵੀ ਇਹਨਾਂ ਦੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।